ਬੱਚਿਆਂ ਦੀ ਗਿਣਤੀ ਨੂੰ ਲੈ ਕੇ ਸਕੂਲ ਦੀ ਪ੍ਰਿੰਸੀਪਲ ਸਸਪੈਂਡ। ਕਾਗਜ਼ਾਂ ਦੇ ਵਿੱਚ ਦਿਖਾਏ 5700 ਬੱਚੇ, ਅਸਲ ਨਿਕਲੇ 2200 ਬੱਚੇ। ਮਿਡ ਡੇ ਮੀਲ ਅਤੇ ਵਰਦੀਆਂ ਦੇ ਪੈਸਿਆਂ ਦੇ ਵਿੱਚ ਕੀਤਾ ਘਪਲਾ। ਪੁੱਛਗਿੱਛ ਮੌਕੇ ਬੇਹੋਸ਼ ਹੋਈ ਸਕੂਲ ਦੀ ਪ੍ਰਿੰਸੀਪਲ। ਲੁਧਿਆਣਾ ਦੇ ਅਧੀਨ ਪੈਂਦੇ ਪਿੰਡ ਗਿਆਸਪੁਰਾ ਦਾ ਸਰਕਾਰੀ ਪ੍ਰਾਇਮਰੀ ਸਕੂਲ ਵਿਵਾਦਾਂ ਦੇ ਵਿੱਚ ਘਿਰ ਚੁੱਕਿਆ। ਦਰਅਸਲ ਸਕੂਲ ਦੀ ਪ੍ਰਿੰਸੀਪਲ ਤੇ ਗੰਭੀਰ ਇਲਜ਼ਾਮ ਲੱਗੇ ਨੇ। ਸਕੂਲ ਦੇ ਵਿੱਚ ਉਹਨਾਂ ਨੇ 5700 ਬੱਚਿਆਂ ਦੀ ਗਿਣਤੀ ਦੱਸਿਆ, ਜਦੋਂ ਚੈਕਿੰਗ ਕੀਤੀ ਗਈ ਤਾਂ 2200 ਬੱਚੇ ਨਿਕਲੇ। ਸਕੂਲ ਦੀ ਪ੍ਰਿੰਸੀਪਲ ਨੂੰ ਸਸਪੈਂਡ ਕੀਤਾ ਗਿਆ। ਡੀਈਓ ਲੁਧਿਆਣਾ ਨੇ ਗੰਭੀਰ ਆਰੋਪ ਲਗਾਏ ਨੇ, ਕਾਗਜ਼ਾਂ ਦੇ ਵਿੱਚ ਬੱਚਿਆਂ ਦੀ ਗਿਣਤੀ ਵਧਾ ਦਿੱਤੀ। ਮਿਡ ਡੇ ਮੀਲ ਅਤੇ ਵਰਦੀਆਂ ਦੇ ਪੈਸਿਆਂ ਦੇ ਵਿੱਚ ਘਪਲਾ ਜਾਪ ਰਿਹਾ। ਪੁੱਛਗਿੱਛ ਦੌਰਾਨ ਸਕੂਲ ਦੀ ਪ੍ਰਿੰਸੀਪਲ ਬੇਹੋਸ਼ ਹੋ ਗਈ, ਜਿਸ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਸਕੂਲ ਦੀ ਮੌਜੂਦਾ ਪ੍ਰਿੰਸੀਪਲ ਨਿਸ਼ਾ ਰਾਣੀ ਤੇ ਇਲਜ਼ਾਮ ਲੱਗੇ ਨੇ ਕਿ ਉਹਨਾਂ ਦੇ ਵੱਲੋਂ ਸਕੂਲ ਦੇ ਵਿੱਚ ਜਿੰਨੀਆਂ ਵਰਦੀਆਂ ਅਤੇ ਮਿਡ ਡੇ ਮੀਲ ਦਾ ਰਾਸ਼ਨ ਮੰਗਵਾਇਆ ਜਾ ਰਿਹਾ, ਉਹ 5700 ਵਿਦਿਆਰਥੀਆਂ ਦੇ ਮੁਤਾਬਿਕ ਮੰਗਵਾਇਆ ਜਾ ਰਿਹਾ, ਪਰ ਬੱਚਿਆਂ ਦੀ ਗਿਣਤੀ ਸਕੂਲ ਦੇ ਵਿੱਚ 2200 ਹੈ। ਇਸ ਸੰਬੰਧੀ ਜ਼ਿਲ੍ਹਾ ਸਿੱਖਿਆ ਅਫਸਰ ਨੇ ਦੱਸਿਆ ਕਿ ਇਸ ਸੰਬੰਧੀ ਕਾਰਵਾਈ ਕਰਦੇ ਹੋਏ ਸਕੂਲ ਦੀ ਪ੍ਰਿੰਸੀਪਲ ਨੂੰ ਸਸਪੈਂਡ ਕੀਤਾ ਗਿਆ। ਉਹਨਾਂ ਕਿਹਾ ਕਿ ਅੱਗੇ ਵਿਭਾਗੀ ਕਾਰਵਾਈ ਕੀਤੀ ਜਾ ਰਹੀ ਹੈ, ਜੇ ਲੋੜ ਪਈ ਤਾਂ ਇੱਥੇ ਵਿਜੀਲੈਂਸ ਜਾਂਚ ਵੀ ਕਰਵਾਈ ਜਾਵੇਗੀ, ਕਿਉਂਕਿ ਘਪਲਾ ਕਾਫੀ ਵੱਡਾ ਨਜ਼ਰ ਆ ਰਿਹਾ। ਪਰ ਫਿਲਹਾਲ ਅਸੀਂ ਟੀਮ ਦਾ ਗਠਨ ਕੀਤਾ ਹੈ ਜੋ ਇਸ ਪੂਰੇ ਮਾਮਲੇ ਦੀ ਜਾਂਚ ਕਰੇਗੀ। ਬਹੁਤ ਜ਼ਿਆਦਾ ਤੰਗ ਕੀਤਾ ਆ। ਜਦੋਂ ਮੈਂ 20 ਦਸੰਬਰ 'ਚ 2016 'ਚ ਇੱਥੇ ਆਈ ਸੀ ਅਤੇ ਦੋ ਕਮਰੇ ਸੀਗੇ ਔਰ ਮੇਰੀਆਂ ਪ੍ਰਾਪਤੀਆਂ ਜਿਹੜੀਆਂ ਆ, ਮੈਂ ਵਰਧਮਾਨ ਤੋਂ 2 ਕਰੋੜ ਰੁਪਇਆ ਲਗਵਾਇਆ ਬਿਲਡਿੰਗ ਬਣਾਈ, ਔਰ ਉਸ ਤੋਂ ਬਾਅਦ ਉਸ ਵਾਲ ਤੋਂ 5 ਕਮਰੇ ਬਣਵਾਏ, ਉਸ ਤੋਂ ਬਾਅਦ ਉਸ ਵਾਲ ਤੋਂ ਬਣਾਏ A1 ਤੋਂ ਬਣਾਏ। ਮੈਂ ਸਕੂਲ 'ਚ 4 ਕਰੋੜ ਰੁਪਇਆ ਲਾ ਚੁੱਕੀ ਹਾਂ ਔਰ ਮੇਰੀਆਂ ਪ੍ਰਾਪਤੀਆਂ ਨੂੰ ਨਾ ਦੇਖਦੇ ਹੋਏ ਇਹਨੇ ਮੇਰੇ 'ਤੇ ਲੋਕ ਇਲਜ਼ਾਮ ਲਾ ਰਹੇ ਆ DO ਮੈਮ ਕਿ ਮੈਡਮ ਇੱਥੇ ਗਲਤ ਕੰਮ ਕਰ ਰਹੀ ਹੈ। ਜਦਕਿ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦੀ ਹਾਂ, ਮੈਨੂੰ ਇਨਸਾਫ ਦਵਾਇਆ ਜਾਵੇ। ਇੱਥੇ ਜਿਹੜੇ ਸਾਡੇ ਇਨਕੁਆਇਰੀ ਪਹਿਲਾਂ 4 ਵਾਰੀ DO ਮੈਡਮ ਖੁਦ ਆ ਚੁੱਕੇ ਹਾਂ ਔਰ ਇਹਨਾਂ ਨੇ ਮੇਰੇ ਤੋਂ ਮੰਗ ਕੀਤੀ ਹੈ ਪੈਸਿਆਂ ਦੀ, ਮੈਨੂੰ ਬਹੁਤ ਤੰਗ ਕਰ ਰਿਹਾ। ਉਸ ਤੋਂ ਬਾਅਦ ਮੇਰੇ ਸਕੂਲ 'ਚ 24 ਸਤੰਬਰ ਨੂੰ ਸਾਰਾ ਰਿਕਾਰਡ ਚੱਕ ਕੇ ਲੈ ਗਿਆ, ਜਿਵੇਂ ਕਿ ਮਿਡ ਡੇ ਮੀਲ ਔਰ ਸਰਵ ਸਿੱਖਿਆ ਅਭਿਆਨ ਦੇ ਉਦੋਂ 10 ਬੰਦੇ ਆਏ ਆ, ਉਹਨਾਂ ਨੇ ਸਾਨੂੰ ਬਹੁਤ ਹਰਾਸਮੈਂਟ ਕੀਤੀ ਆ ਮੇਰੇ ਸਟਾਫ ਨੂੰ, ਔਰ ਉਦੋਂ ਸਾਡੇ ਸੈਂਟਰ ਦੀਆਂ ਜਿਹੜੀਆਂ ਆ ਉਹ ਗੇਮਾਂ ਚੱਲ ਰਹੀਆਂ ਸੀ, ਪੂਰਾ ਸੈਂਟਰ ਗਵਾਹ ਆ। ਇਹਨਾਂ ਨੇ ਸਾਨੂੰ ਬਹੁਤ ਤੰਗ ਕੀਤਾ ਹੋਇਆ ਇਸ ਮੈਡਮ ਨੇ, ਇਹ ਆਪ ਖੁਦ ਡਿਫਾਲਟਰ ਮੈਡਮ ਹੈ, ਸਾਨੂੰ ਵੀ ਨਾਲ ਡਿਫਾਲਟਰ ਬਣਾ ਰਹੀ ਹੈ ਔਰ ਇਹ ਆਪ ਕਰਨ ਤੋਂ ਬਾਅਦ ਇਨਕੁਆਇਰੀਆਂ ਲਾ ਰਹੀ ਹੈ। ਜਿਸ ਦਿਨ ਉਹ ਇਨਕੁਆਇਰੀ ਕਰਨ ਆਏ ਹੈ ਉਹਨਾਂ ਨੇ ਸਾਤੋਂ ਸਮਾਨ ਮੰਗਿਆ, ਜੋ ਮੰਗਿਆ ਸੀ ਸ਼ੁਰੂ ਕੀਤਾ। ਉਸ ਤੋਂ ਬਾਅਦ ਮੇਰੇ ਟੀਚਰਾਂ ਨੂੰ ਸਰ ਉਹ ਕਰ ਰਹੇ ਸੀਗੇ, ਪ੍ਰੈਸ਼ਰਾਈਜ਼ ਕਰ ਰਹੇ ਸੀਗੇ ਬਹੁਤ ਜ਼ਿਆਦਾ, ਤੁਸੀਂ ਲਿਖ ਕੇ ਦਿਓ ਲਿਖ ਕੇ ਦਿਓ। ਫਿਰ ਮੇਰੇ ਟੀਚਰ ਬਹੁਤ ਜ਼ਿਆਦਾ ਰੋ ਰਹੇ ਸੀਗੇ, ਮੈਂ ਉੱਥੇ ਗਈ ਹਾਂ, ਮੈਨੂੰ ਬੁਲਾਇਆ ਟੀਚਰਾਂ ਨੇ ਕਿ ਮੈਡਮ ਸਾਡੇ ਟੀਚਰਾਂ ਨੂੰ ਪ੍ਰੈਸ਼ਰਾਈਜ਼ ਕਰ ਰਹੇ ਆ ਬਹੁਤ। ਪਰ ਮੈਂ ਫਿਰ ਉਹਨਾਂ ਨੂੰ ਕਿਹਾ ਕਿ ਮੇਰੇ ਇਹ ਬੱਚੇ ਹੈ, ਮੈਂ ਇਹਨਾਂ ਦੇ ਹੱਕ ਦੀ ਲੜਾਈ ਵਿੱਚ ਲੜਾਂਗੀ। ਇਹ ਸਾਡਾ ਸਟਾਫ ਅਤੇ ਟੀਚਰ, ਅਸੀਂ ਇੱਕ ਮੁੱਠਾ ਹਾਂ, 100 ਟੀਚਰ ਹੈ ਮੇਰੇ ਕੋਲ ਔਰ ਇੱਕ ਮੁੱਠਾ ਹਾਂ, ਅਤੇ ਮੈਂ ਆਵਾਜ਼ ਉਠਾਈ। ਇਹਨਾਂ ਨੇ ਜੋ ਇਨਕੁਆਇਰੀ ਕਰਨ ਆਏ ਹੋਏ ਹੈ ਬੱਸੀਆਂ ਤੋਂ, ਪ੍ਰਿੰਸੀਪਲ ਗੁਰਦੀਪ ਸਿੰਘ ਜੀ ਆਏ ਹੋਏ ਆ, ਇਹਨਾਂ ਨੇ ਸਾਨੂੰ ਬਹੁਤ ਪਰੇਸ਼ਾਨ ਕੀਤਾ ਆ ਔਰ ਇਹਨਾਂ ਨੇ ਤੰਗ ਕਰਕੇ
ਸਾਡੀਆਂ ਵੀਡੀਓ ਬਣਾਈਆਂ ਆ, ਇਹਨਾਂ ਨੇ ਕਿਹਾ ਕਿ ਇਹ ਆਵਾਜ਼ ਕਿਉਂ ਉਠਾ ਰਿਹਾ, ਅਸੀਂ ਇਨਕੁਆਇਰੀ ਤੁਹਾਨੂੰ ਦੱਸਾਂਗੇ, ਤੁਹਾਡੇ ਨਾਲ ਇਹ ਕਰਾਂਗੇ, ਤੁਹਾਨੂੰ ਸਸਪੈਂਡ, ਜਿਵੇਂ ਕਿ ਡੀਓ ਮੈਡਮ ਨੇ ਮੇਰੇ ਦੂਜੇ ਦਿਨ ਸਸਪੈਂਡ ਔਡਰ ਕੱਢਤੇ। ਮੇਰਾ ਕੋਈ ਕਸੂਰ ਨਹੀਂ ਹੈ। ਜਿਹੜੇ ਸਾਡੇ ਇੱਥੇ ਸਕੂਲ 'ਚ ਇੱਕ ਹਿਮਾਂਸ਼ੂ ਹੈ, ਏਜੰਟ ਬਣਿਆ ਹੋਇਆ ਨਾਲ ਰਲਦਾ ਹੈ, ਸਾਨੂੰ ਦਬਾਅ ਪਾਇਆ ਜਾਂਦਾ ਹੈ ਕਿ ਬੱਚਿਆਂ ਨੂੰ ਵਰਦੀਆਂ ਇਹਨਾਂ ਤੋਂ ਲਿਆ ਜਾਵੇ ਤਾਂ ਜੋ ਸਾਨੂੰ ਵਿੱਚੋਂ ਪੈਸੇ ਦਿੱਤੇ ਜਾਣ। ਦੱਸੋ ਅਸੀਂ ਕੀ ਕਰੀਏ, ਅਸੀਂ ਇਨਸਾਫ ਦੀ ਲੜਾਈ ਨੂੰ ਲੜ ਰਹੇ ਹਾਂ, ਸਾਨੂੰ ਇਨਸਾਫ ਚਾਹੀਦਾ। ਇੱਕ ਮੇਰੇ ਟੀਚਰ ਅੱਜ ਫਿਰ ਇਨਕੁਆਇਰੀ ਕਰਨ ਆਏ, ਉਹ ਵੀ ਬੇਹੋਸ਼ ਹੋ ਗਏ ਹੈ। ਇੰਨਾ ਦਬਾਅ ਪਾਇਆ ਹੋਇਆ, ਜੇ ਮੇਰੇ ਸਕੂਲ ਦੇ ਟੀਚਰ ਕੋਈ ਵੀ ਕੁਛ ਹੋ ਗਿਆ ਤਾਂ ਮੈਂ ਇਹਨਾਂ 'ਤੇ ਬਹੁਤ ਵੱਡਾ ਕੇਸ ਕਰਾਂਗੀ। ਮੈਨੂੰ ਸਟੇਟ ਅਵਾਰਡ ਮਿਲਿਆ ਹੋਇਆ, ਮੈਂ ਸਟੇਟ ਅਵਾਰਡ ਦੀ ਟੀਚਰ ਹਾਂ। ਪੰਜਾਬ ਦੀ ਸਭ ਤੋਂ ਵੱਡਾ ਪੰਜਾਬ ਦਾ ਸਕੂਲ ਹੈ ਇਹ, ਜਦਕਿ ਮੈਨੂੰ 5 ਅਵਾਰਡ ਹਰਜੋਤ ਬੈਂਸ ਜੀ ਨੇ ਇਨਰੋਲਮੈਂਟ ਵਧਾਉਣ ਦੇ ਦਿੱਤੇ ਹੈ। ਮੇਰੀ ਸਟੇਟ ਵਾਰਡ ਵੀ ਇਹਨਾਂ ਨੇ ਪੈਰਾਂ 'ਚ ਰੋਲ ਦਿੱਤਾ ਹੈ। 2 ਕਮਰਿਆਂ ਤੋਂ ਮੈਂ 53 ਕਮਰੇ ਬਣਾਏ ਹੈ ਔਰ 600 ਬੱਚਿਆਂ ਤੋਂ 5500 ਬੱਚੇ ਕੀਤੇ ਹੈ। ਸਾਨੂੰ ਇਹ ਕਿਹਾ ਜਾਂਦਾ ਸੀਗਾ, ਦਬਾਅ ਦਿੰਦੇ ਸੀਗੇ ਬਈ ਤੁਸੀਂ ਇਨਰੋਲਮੈਂਟ ਵਧਾਓ, ਇਨਰੋਲਮੈਂਟ ਵਧਾਓ। ਸਾਡੇ ਟੀਚਰ ਸਰਵੇ ਕਰਦੇ ਆ, ਇਹ ਮਾਈਗ੍ਰੇਟਡ ਏਰੀਆ ਹੈ, ਇੱਥੇ ਬੱਚੇ ਕਦੀ ਚਲ ਜਾਂਦੇ ਕਦੀ ਆ ਜਾਂਦੇ ਹੈ, ਪਰ ਸਾਡੇ 'ਤੇ ਇੰਨਾ ਦਬਾਅ ਪਾਇਆ ਹੋਇਆ, ਸਾਡੇ 'ਤੇ ਮੰਗ ਕੀਤੀ ਜਾਂਦੀ ਹੈ ਕਿ ਸਾਨੂੰ ਪੈਸੇ ਦਿੱਤੇ ਜਾਣ। ਦੇਖੋ ਇਹ ਇੱਕ ਗੁਰਦੁਆਰਾ ਹੀ ਹੁੰਦਾ ਹੈ ਸਕੂਲ ਜੀ, ਜਿਸ ਇਸ ਵਿੱਦਿਅਕ ਅਦਾਰੇ 'ਚੋਂ ਇਹ ਚੀਜ਼ਾਂ ਇਹ ਮੰਗ ਰਹੇ ਆ, ਇਹ ਇੱਕ ਇਹਨਾਂ ਲਈ ਚੰਗੀ ਗੱਲ ਨਹੀਂ ਆ। ਜੋ ਸਾਡੇ ਜ਼ਿਲ੍ਹਾ ਸਿੱਖਿਆ ਅਫਸਰ ਹੈ, ਉਹ ਉਹਨਾਂ ਨੂੰ ਇਹ ਚਾਹੀਦਾ ਕਿ ਮੈਂ ਆਪਣੇ ਸਕੂਲਾਂ ਨੂੰ ਵਧੀਆ ਬਣਾਵਾਂ, ਨਾ ਕਿ ਉਹਨਾਂ ਨਾਲ ਵਿਰੋਧ ਕਰਕੇ ਗੁੰਡਾਗਰਦੀ ਕਰਕੇ ਉਹਨਾਂ ਨੂੰ ਜਿਹੜਾ ਆ ਹਰਾਸਮੈਂਟ ਕਰਦੇ ਆ। ਮੈਨੂੰ ਬੇਕਸੂਰ ਇਹਨਾਂ ਨੇ ਕਰਦੇ ਤਾਂ ਨਹੀਂ ਕਰਕੇ ਮੇਰਾ ਜਿਹੜਾ ਮੈਨੂੰ ਸਸਪੈਂਡ ਕੀਤਾ ਆ। ਮੈਨੂੰ ਇਹਦਾ ਰੀਜ਼ਨ ਦੱਸਿਆ ਜਾਵੇ ਕਿ ਮੈਨੂੰ ਸਸਪੈਂਡ ਕਿਉਂ ਕੀਤਾ ਗਿਆ, ਮੈਨੂੰ ਦੱਸ। ਮੈਂ ਸਰਕਾਰ ਦੀ ਤੋਂ ਮੰਗ ਕਰਦੀ ਹਾਂ, ਹਰਜੋਤ ਸਾਹਿਬ ਤੋਂ ਮੰਗ ਕਰਦੀ ਹਾਂ ਕਿ ਮੈਂ ਤੁਹਾਡਾ ਸਕੂਲ ਪੰਜਾਬ ਦਾ ਨਾਂ ਲਿਆਂਦਾ ਆ, ਜਿਹੜਾ ਲੁਧਿਆਣੇ ਦਾ ਨਾਂ ਲਿਆਂਦਾ ਆ, ਜਿਹੜੀ ਮੇਰੀ ਬਹਾਲੀ ਜਲਦੀ ਤੋਂ ਜਲਦੀ ਕੀਤੀ ਜਾਵੇ, ਨਹੀਂ ਤਾਂ ਬਹੁਤ ਵੱਡੇ ਐਕਸ਼ਨ ਹੋਊਗੇ ਡੀਓ ਮੈਡਮ ਤੋਂ। ਇਹ ਖੁਦ ਆਪ 40 ਸਰਟੀਫਿਕੇਟ ਬਣਾ ਕੇ ਐਸਸੀ ਦਾ ਇਹ ਨੌਕਰੀ ਕਰ ਰਿਹਾ, ਇਹਨਾਂ 'ਤੇ ਵੀ ਕਾਰਵਾਈ ਕੀਤੀ ਜਾਵੇ। ਇਹ 3 ਵਾਰੀ ਸਸਪੈਂਡ ਹੋ ਚੁੱਕੇ ਆ, 2 ਵਾਰੀ ਇਹ ਕਦੀ ਕਿਤੋਂ ਇਹਨਾਂ ਨੂੰ ਬਦਲਿਆ ਜਾ, ਉਸ ਤੋਂ ਬਾਅਦ ਇਹਨਾਂ ਨੇ ਇਹੀ ਕੰਮ ਸਾਡੇ 'ਤੇ ਆ ਕੇ ਕੀਤਾ ਹੈ। ਮੈਂ ਮੇਰੀ ਜਿਹੜੀ ਮੈਡਮ ਹੈ ਬੁਲਵਾਈ ਹੈ, ਉਹਨੂੰ ਠੀਕ ਕਰ ਦਿੱਤਾ ਜਾਵੇ। ਸਰ ਇਹ ਪ੍ਰਾਇਮਰੀ ਸਕੂਲ ਗਿਆਸਪੁਰਾ ਦਾ ਜਿਹੜਾ ਮਸਲਾ ਹੈਗਾ, ਇਹਦੇ ਵਿੱਚ ਐਕਚੁਅਲ ਜੋ ਈ ਪੰਜਾਬ 'ਤੇ ਗਿਣਤੀ ਹੈਗੀ ਉਹ 5700 ਕੁਛ ਹੈ, ਪਰ ਜਦੋਂ ਅਸੀਂ ਵਿਜ਼ਿਟ ਕੀਤੀ ਹੈ ਤਾਂ ਵਿਜ਼ਿਟ ਦੌਰਾਨ ਲਗਭਗ 2-3 ਵਿਜ਼ਿਟਸ ਅਸੀਂ ਕੀਤੀਆਂ, ਉਹਦੇ ਦੌਰਾਨ ਇਹ ਪਾਇਆ ਗਿਆ ਕਿ ਅਸਲ ਵਿੱਚ ਉੱਥੇ 2200-2500 ਤੋਂ ਵੱਧ ਗਿਣਤੀ ਨਹੀਂ ਹੈਗੀ। ਅਤੇ ਹੁਣ ਉੱਥੇ ਇਨਕੁਆਇਰੀ ਅਫਸਰ ਸਾਡੇ ਲਗਾਏ ਹੋਏ ਆ, ਗੁਰਦੀਪ ਸਿੰਘ ਪ੍ਰਿੰਸੀਪਲ ਬੱਸੀਆਂ, ਜਿਹੜੇ ਕਿ ਉੱਥੇ ਇਨਕੁਆਇਰੀ ਕਰ ਰਹੇ ਆ। ਅਤੇ ਇਹ ਬੱਚਿਆਂ ਦੀ ਗਿਣਤੀ ਦੇ ਅਨੁਸਾਰ ਜੋ ਹੈਗਾ ਉੱਥੇ ਮਿਡ ਡੇ ਮੀਲ, ਵਰਦੀਆਂ ਅਤੇ ਕਿਤਾਬਾਂ ਦਾ ਬਹੁਤ ਵੱਡਾ ਜਿਹੜਾ ਘਪਲਾ ਚੱਲ ਰਿਹਾ, ਜਿਹਦੀ ਜਾਂਚ ਪੜਤਾਲ ਚੱਲ ਰਹੀ ਹੈ। ਅਤੇ ਇਹ ਜਾਂਚ ਪੜਤਾਲ ਕਰਨ ਦੇ ਵਿੱਚ, ਰਿਕਾਰਡ ਦੇਣ ਦੇ ਵਿੱਚ ਮੈਡਮ ਨਿਸ਼ਾ ਰਾਣੀ ਜਿਹੜੇ ਉੱਥੋਂ ਦੇ ਹੈੱਡ ਟੀਚਰ ਆ, ਉਹ ਸਹਿਯੋਗ ਇਨਕੁਆਇਰੀ ਟੀਮ ਨੂੰ ਨਹੀਂ ਦੇ ਰਹੇ ਸੀ। ਉਹਨਾਂ ਨੂੰ ਸਹਿਯੋਗ ਨਾ ਦੇਣ ਕਰਕੇ ਉਹਨਾਂ ਨੂੰ ਸਾਨੂੰ ਸਸਪੈਂਡ ਕਰਨਾ ਪਿਆ, ਤਾਂ ਜੋ ਉਹਨਾਂ ਦੇ ਉੱਥੇ ਗੈਰਹਾਜ਼ਰੀ ਦੇ ਵਿੱਚ ਜਿਹੜੀ ਇਹ ਪੜਤਾਲ ਹੈਗੀ ਆ ਉਹ ਵਧੀਆ ਤਰੀਕੇ ਨਾਲ ਕਰਕੇ ਮੁੱਖ ਦਫ਼ਤਰ ਨੂੰ ਦਿੱਤੀ ਜਾ ਸਕੇ। ਸਰ ਹਾਂਜੀ, ਜਿਹੜੀਆਂ ਡਿਪਾਰਟਮੈਂਟ ਵੱਲੋਂ ਕਿਤਾਬਾਂ ਮਿਲਦੀਆਂ ਉਹ ਵੀ ਬੱਚਿਆਂ ਦੀ ਗਿਣਤੀ ਦੇ ਅਨੁਸਾਰ ਮਿਲਦੀਆਂ, ਜਿਹੜੀਆਂ ਵਰਦੀਆਂ ਮਿਲਦੀਆਂ ਉਹ ਵੀ ਗਿਣਤੀ ਦੇ ਅਨੁਸਾਰ ਮਿਲਦੀਆਂ, ਅਤੇ ਮਿਡ ਡੇ ਮੀਲ ਵੀ ਬੱਚਿਆਂ ਦੀ ਗਿਣਤੀ ਦੇ ਅਨੁਸਾਰ ਮਿਲਦਾ। ਅਤੇ ਜਦੋਂ ਬੱਚਿਆਂ ਦੀ ਗਿਣਤੀ ਉੱਥੇ ਵੱਧ ਸ਼ੋਅ ਕਰਕੇ ਅਤੇ ਫਿਰ ਵੱਧ ਪੈਸਾ ਲਿਆ ਜਾ ਰਿਹਾ, ਅਸਲ ਦੇ ਵਿੱਚ ਬੱਚੇ ਉਹਨੇ ਹੈ ਨਹੀਂ ਗਏ, ਇਹ ਸਾਰਾ ਜਿਹੜਾ ਘਪਲਾ ਵਾ ਇਹਨਾਂ ਚੀਜ਼ਾਂ 'ਚ ਹੋ ਰਿਹਾ। ਹੋਰ ਵੀ ਸਰ ਪ੍ਰੀ ਪ੍ਰਾਇਮਰੀ ਦੀਆਂ ਵੀ ਗ੍ਰਾਂਟਾਂ ਜਾਂ ਹੋਰ ਵੀ ਗ੍ਰਾਂਟਾਂ ਆਉਂਦੀਆਂ, ਈਵਨ ਜਿਹੜੇ ਅਧਿਆਪਕ ਵੀ ਸਕੂਲ ਦੇ ਵਿੱਚ ਮਿਲਦੇ ਆ ਡਿਪਾਰਟਮੈਂਟ ਵੱਲੋਂ, ਉਹ ਵੀ ਬੱਚਿਆਂ ਦੀ ਗਿਣਤੀ ਨੂੰ ਮੱਦੇਨਜ਼ਰ ਰੱਖ ਕੇ ਮਿਲਦੇ ਆ।
ਸੋ ਸਾਨੂੰ ਤਾਂ ਇਸ ਚੀਜ਼ ਦੀ ਵੀ ਜਾਂਚ ਪੜਤਾਲ ਅਸੀਂ ਕਰਵਾ ਰਹੇ ਹਾਂ ਕਿ ਬੱਚਿਆਂ ਦੀ ਗਿਣਤੀ ਅਨੁਸਾਰ ਜਿੰਨੇ ਟੀਚਰਾਂ ਦੀ ਲੋੜ ਹੈ ਕਿ ਉਸ ਤੋਂ ਵੱਧ ਟੀਚਰ ਤਾਂ ਨਹੀਂ ਉੱਥੇ ਬੈਠੇ ਹੈਗੇ। ਇਸ ਚੀਜ਼ ਦੀ ਵੀ ਜਾਂਚ ਚੱਲ ਰਹੀ ਹੈ। ਇੱਕ ਆਰੋਪ ਵੀ ਲਗਾਏ ਗਏ ਨੇ ਵੀ ਪੈਸੇ ਮੰਗੇ ਜਾ ਰਹੇ ਨੇ ਜਿਹੜੇ ਉੱਥੇ ਇਨਕੁਆਇਰੀ ਕਰਦੇ ਪਏ ਨੇ ਅਤੇ ਕੱਲ ਟੀਚਰ ਵੀ ਜਿਹੜੇ ਹੈਗੇ ਇਸ ਗੱਲ ਦੇ ਲੈ ਕੇ ਪਰੇਸ਼ਾਨ ਹੋਏ ਨੇ, ਉਹ ਹੋਸਪਿਟਲ ਦਾਖਲ ਹੋਏ ਨੇ। ਸਰ ਇਸ ਕਿਸਮ ਦੀ ਕੋਈ ਗੱਲ ਨਹੀਂ ਹੈ, ਨਾ ਮੇਰੇ ਵੱਲੋਂ ਨਾ ਮੇਰੀ ਟੀਮ ਵੱਲੋਂ ਅਤੇ ਨਾ ਇਨਕੁਆਇਰੀ ਅਫਸਰ ਵੱਲੋਂ ਕਿਸੇ ਵੀ ਪ੍ਰਕਾਰ ਦੀ ਕੋਈ ਜਿਹੜੀ ਹੈ ਪੈਸਿਆਂ ਦੀ ਮੰਗ ਕਿਸੇ ਤੋਂ ਨਹੀਂ ਕੀਤੀ ਜਾ ਰਹੀ। ਇਹ ਸਾਡਾ ਰੂਟੀਨ ਵਰਕ ਹੈ ਔਰ ਅਸੀਂ ਇਹ ਕੰਮ ਡੇਲੀ ਬੇਸਿਸ 'ਤੇ ਹੀ ਕਰਦੇ ਹਾਂ ਕਿਸੇ ਨਾ ਕਿਸੇ ਸਕੂਲ ਨੂੰ ਚੈੱਕ ਕਰਨ। ਇਹੋ ਜਿਹੀ ਸਰ ਕੋਈ ਗੱਲ ਨਹੀਂ ਹੈਗੀ, ਮੈਂ ਪੂਰਨ ਤੌਰ 'ਤੇ ਇਸ ਚੀਜ਼ ਦਾ ਖੰਡਨ ਕਰ ਰਹੀ ਹਾਂ। ਹਾਂਜੀ, ਟੀਮ ਬਣਾਈ ਗਈ ਹੈ ਜੀ, BPO ਸਰਦਾਰ ਹਰਦੇਵ ਸਿੰਘ ਸਿੱਧਵਾਂ ਬੇਟ 2 ਦੇ ਅਤੇ ਗੁਰਦੀਪ ਸਿੰਘ ਪ੍ਰਿੰਸੀਪਲ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਬੱਸੀਆਂ ਦੇ ਜਿਹੜੇ ਹੈਗੇ ਆ, ਇਹ 2 ਮੈਂਬਰੀ ਕਮੇਟੀ ਆ। ਇਹਨਾਂ ਨੇ ਆਪਣੇ ਨਾਲ ਐਡਜੋਇਨਿੰਗ ਹੋਰ ਟੀਮ ਮੈਂਬਰਸ ਲਗਾਏ ਆ ਜਿਹੜੇ ਉੱਥੇ ਸਕੂਲ ਦੇ ਵਿੱਚ ਵਿਜ਼ਿਟ ਕਰਕੇ ਜਾਂਚ ਪੜਤਾਲ ਕਰ ਰਹੇ ਆ। ਉਹ ਸਰ ਪਹਿਲਾਂ ਸਾਡੇ ਕੋਲ ਇਹਨਾਂ ਦੀ ਰਿਪੋਰਟ ਆ ਜਾਵੇ, ਫਿਰ ਅਸੀਂ ਦੇਖਾਂਗੇ। ਅਗਰ ਇਸ ਤੋਂ ਵੀ ਸਾਨੂੰ ਕੁਛ ਕਲੀਅਰ ਨਹੀਂ ਹੁੰਦਾ ਹੋਇਆ ਤਾਂ ਫਿਰ ਅਸੀਂ ਵਿਜੀਲੈਂਸ ਰਿਪੋਰਟ ਵਿਜੀਲੈਂਸ ਪੜਤਾਲ ਲਈ ਵੀ ਲਿਖ ਦਿਆਂਗੇ ਜੀ, ਕਿਉਂਕਿ ਵੱਡੇ ਪੱਧਰ 'ਤੇ ਘਪਲੇ ਹੋਣ ਦੀ ਸਾਨੂੰ ਪੂਰੀ ਇਹ ਸ਼ੰਕਾ ਹੈਗੀ।